Gavin sent Aliyah the secret that I see in a special mail. The bath was dirty, sorry, fancy, or the ਉਹ ਸਾਰਾ ਹੁਣ ਇੱਥੇ ਘਰ ਹਵੇਲੀ ਦੇਖਣ ਆਏ ਸੀ ਉਹ ਸਾਰਾ ਕੁਛ ਉਹਦਾ ਦੇਖਣਾ ਸੀ ਬਹੁਤ ਵੱਡਾ ਉਹਨੇ ਕੀਤਾ ਸੀ ਜਿਹੜਾ ਕੁਛ ਉਹਨੇ ਕੀਤਾ ਬਹੁਤ ਚੰਗਾ ਉਹਨੇ ਕੀਤਾ ਸੀ ਕਿੰਨੇ ਗਾਣੇ ਸੁਣਦੇ ਰਹੇ ਸਾਰੇ ਗਾਣੇ ਸੁਣਦੇ ਆ ਹੁਣ ਕੀ ਕੀਤਾ ਹੁਣ ਕੀ ਕੀਤਾ ਹੁਣ ਕੀ ਕੀਤਾ ਸੀ ਬਾਪੂ ਨੂੰ ਮਿਲਿਓ ਅੰਦਰ ਤੇ ਫੇ ਅਸੀਂ ਹੁਣ ਸਾਈਨ ਸ਼ਰਟ ਕੀਤਾ ਸੀ ਕਾਤੇ ਕਰਵਾਇਆ ਸਾਈਨ ਸ਼ਰਟ ਤੇ ਸ਼ਰਟ ਸਾਈਨ ਕੀਤੀ ਸੀ ਫੇ ਬਹੁਤ ਹਾਂ ਖਸ਼ਾ ਅਸੀਂ ਸਾਰੇ ਬਹੁਤ ਬਹੁਤ ਟਾਈਮ ਹੋਇਆ ਮੈਨੂੰ ਕਿਹੜਾ ਗਾਣਾ ਆਉਂਦਾ ਸਿੱਧੂ ਦਾ ਸਾਰੇ ਆਉਂਦੇ ਆ ਸੁਣਾਓ ਇੱਕ ਲਾਈਨ ਤੇ ਦੱਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਚੰਗਾ ਪਲਾ ਹੱਸ ਦਾ ਸਿਮਾਨ ਕਾਸ ਤੋਂ ਅਦਰੇ ਅਜਰੇ ਦਰਵਾਜ਼ੇ ਵਿੱਚ ਬੋਰ ਚੱਕੀ ਖੜੇ ਆ ਮੈਂ ਚੰਗੀ ਚਰੇ ਜਾਣਦਾ ਹੈ ਕੌਣ ਕਾਸ ਤੋਂ ਇਨਾ ਇਨਾ ਹੋ ਲਾਈਨ ਆ ਤੇ ਹੁਣ ਸਲਟਾਂ ਦਾ ਕੀ ਕਰੋਗੇ ਸਾਰਾ ਨਿਸ਼ਾਨ ਇਹ ਸਾਰਾ ਇਹ ਹਾਂ ਮੈਂ ਫਰੇਮ ਚ ਪਾਣੀ ਆ ਫਰੇਮ ਚ ਪਾ ਕੇ ਮੇਰੇ ਰੂਮ ਚ ਟੰਗ ਦੇਣੀ ਆ ਇਹ ਮੈਂ ਇਹ ਸਪੈਸ਼ਲ ਚੀਜ਼ ਵੀ ਮੇਰੇ ਲਾਈਫ ਦੇ ਵਿੱਚ ਹੋਈ ਸੀ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ 9 ਸਾਲਾਂ ਦੇ ਬਾਅਦ ਚ ਬੱਚੇ ਬਹੁਤ ਸਿੱਧੂ ਮੂਸੇਵਾਲੇ ਨੂੰ ਸੁਣਦੇ ਸੀਗੇ ਲੇਕਿਨ ਸਪੈਸ਼ਲੀ ਮੇਰਾ ਬੇਟਾ ਬਹੁਤ ਸੁਣਦਾ ਸੀ ਇਹ ਕਹਿੰਦਾ ਸੀ ਵੀ ਮੈਂ ਮਿਲ ਲਾਂਗਾ ਹੁਣ ਵੀ ਇੱਥੇ ਬਹੁਤ ਟਾਈਮ ਬਾਹਰ ਕੱਢ ਕੇ ਵੀ ਕਹਿੰਦਾ ਸੀ ਅੰਕਲ ਜੀ ਨੇ ਬਹੁਤ ਰਿਸਪੈਕਟ ਨਾਲ ਅੰਦਰ ਸੱਦਿਆ ਬੁਲਾਇਆ ਸਾਰੇ ਜਣਿਆਂ ਨੂੰ ਬੱਚੇ ਆਏ ਕਹਿੰਦੇ ਸੀ ਮਿਲਣਾ ਸਾਰੇ ਬੱਚੇ ਕਹਿੰਦੇ ਸੀ ਹੋਰ ਕਿਤੇ ਨਹੀਂ ਜਾਣਾ ਪਹਿਲਾਂ ਅਸੀਂ ਇੱਥੇ ਜਾਣਾਗਾ ਇੱਥੇ ਮਿਲ ਕੇ ਜਾਣਾ ਫਿਰ ਇੱਥੇ ਅੰਕਲ ਜੀ ਨੂੰ ਮਿਲ ਕੇ ਬਹੁਤ ਬੱਚੇ ਖੁਸ਼ ਹੋਏ ਅੰਕਲ ਜੀ ਨੇ ਸਿਗਨੇਚਰ ਕੀਤੇ ਨੇ ਥੈਂਕ ਯੂ ਸੋ ਮਚ ਬਹੁਤ ਰਿਸਪੈਕਟ ਦਿੱਤੀ ਬਹੁਤ ਇੱਜ਼ਤ ਮਾਨ ਨਾਲ ਸਾਨੂੰ ਮਿਲੇ ਨੇ ਆਈ ਫੀਲ ਸੋ ਬੈਡ ਵੀ ਅਸੀਂ ਮੂਸੇਵਾਲੇ ਨੂੰ ਨਹੀਂ ਮਿਲ ਸਕੇ ਪਰ ਅੰਕਲ ਜੀ ਨੂੰ ਮਿਲੇ ਹਾਂ ਉਹਨਾਂ ਵਿੱਚ ਸਾਨੂੰ ਸ਼ਾਇਦ ਕਿਤੇ ਨਾ ਕਿਤੇ ਮੂਸੇਵਾਲੇ ਨੂੰ ਅਸੀਂ ਦੇਖ ਸਕਦੇ ਹਾਂ ਵੀਰ ਨੂੰ ਹਨਾ ਉਹ ਕਿੰਨੀ ਰਿਸਪੈਕਟ ਕਰਦਾ ਸੀ ਸਾਰਿਆਂ ਦੀ ਅਸੀਂ ਬਹੁਤ ਥੈਂਕਫੁਲ ਹਾਂ ਵੀ ਅਸੀਂ ਇੱਥੇ ਆਏ ਸਾਨੂੰ ਚਾਂਸ ਮਿਲਿਆ ਅਸੀਂ ਅੰਕਲ ਜੀ ਨੂੰ ਮਿਲੇ ਬਹੁਤ ਪਿਆਰ ਨਾਲ ਮਿਲੇ ਸਾਨੂੰ ਅਸੀਂ ਆਏ ਲੁਧਿਆਣੇ ਕੋਲੇ ਕਾਸੀਆਂ ਪਿੰਡ ਫੋਰਨ ਦੇ ਨੇ ਹਾਂਜੀ ਕੈਨੇਡਾ ਕੈਲਗਰੀ ਚ ਅਸੀਂ ਰਹਿੰਦੇ ਆ ਉੱਥੋਂ ਆਏ ਆ ਹਾਂਜੀ ਤੇ ਦੇਖਿਆ ਬੱਚਿਆਂ ਦੇ ਸਾਰਿਆਂ ਦੇ ਸਲਟਾਂ ਦੇ ਤੁਸੀਂ ਸਿਗਨੇਚਰ ਕਰਵਾਇਆ ਇਹਦਾ ਕੀ ਮਕਸਦ ਆ ਕੀ ਕਰੋਗੇ ਬੱਚੇ ਮੇਰੇ ਬੇਟੇ ਦਾ ਜੂਨ ਦਾ ਬਰਥ ਹੈ ਇਹ ਪਹਿਲਾਂ ਦਾ ਇਹ ਵੀ ਬਹੁਤ ਫੀਲ ਕਰਦਾ ਵੀ ਉਹ ਮੈਂ ਸੇਮ ਮੰਥ ਆ ਮੇਰਾ ਮੂਸੇਵਾਲ ਦੇ ਨਾਲ ਤੇ ਸ਼ਰਟਾਂ ਦੀ ਇਹਨੇ ਕਰਵਾ ਕੇ ਕਹਿੰਦਾ ਮੈਂ ਆਪਦੇ ਰੂਮ ਦੇ ਵਿੱਚ ਸ਼ਰਟ ਲਵਾਉਣੀ ਸਟicker ਲੈ ਕੇ ਗਿਆ ਕਾਫੀ ਸਮਾਨ ਇਹਨੂੰ ਆਇਆ ਵੀ ਮੈਂ ਸਾਰਾ ਆਪਦਾ ਰੂਮ ਆ ਜਿਵੇਂ ਮੂਸੇਵਾਲ ਦੇ ਪਿਕਚਰਾਂ ਦੇ ਨਾਲ ਪੋਸਟਰ ਨਾਲ ਆਂਟੀ ਜੀ ਦੀਆਂ ਪਿਕਚਰਾਂ ਤੇ ਅੰਕਲ ਜੀ ਦੇ ਨੇ ਸਾਰੀਆਂ ਪਿਕਚਰਾਂ ਨਾਲ ਕਹਿੰਦਾ ਮੈਂ ਪੋਸਟਰ ਲਵਾਉਣੇ ਨੇ ਤੇ ਉੱਥੇ ਰੂਮ ਦੇ ਵਿੱਚ ਰੱਖਣਾ ਸਾਰਾ ਕੁਝ ਕਹਿੰਦਾ ਮੈਂ ਆਪਦੇ ਚ ਮੈਂ ਲਾਈਕ ਬਹੁਤ ਇਹ ਗੱਲ ਠੀਕ ਨਹੀਂ ਹੈਗੀ ਇੱਥੇ ਆਪਣੇ ਜਦੋਂ ਆਪਾਂ ਆਉਂਦੇ ਆ ਵੀ ਸੁਣਦੇ ਨਹੀਂ ਹੈਗੇ ਕਿਸੇ ਦੀ ਵੀ ਐਟਲੀਸਟ ਇਨਸਾਫ ਤਾਂ ਤੁਸੀਂ ਦੇਵੋ ਉਹਨਾਂ ਨੂੰ ਰਾਈਟ ਸੋ ਉਹ ਬੁੱਢੇ ਮਾਂ ਪਿਓ ਵਿਚਾਰੇ ਦਰ ਦਰ ਭੜਕਦੇ ਫਿਰਦੇ ਨੇ ਐਟਲੀਸਟ ਉਹਨਾਂ ਦੀ ਆਵਾਜ਼ ਸੁਣੋ ਪਲੀਜ਼ ਸਾਰਿਆਂ ਨੂੰ ਰਿਸਪੈਕਟ ਸਾਡੀ ਬੇਨਤੀ ਹੋਈ ਆ ਵੀ ਤੁਸੀਂ ਉਹਨਾਂ ਦੀ ਆਵਾਜ਼ ਸੁਣੋ ਉਹਨਾਂ ਨੂੰ ਕੁਛ ਨਾ ਕੁਛ ਤਾਂ ਦੇਵੋ ਕੁਛ ਨਾ ਕੁਛ ਤਾਂ ਕਰੋ ਔਰ ਜਿਹੜੀ ਚੀਜ਼ ਉਹ ਮੰਗਦੇ ਨੇ ਉਹਨਾਂ ਦੇ ਬੇਟੇ ਨੂੰ ਇਨਸਾਫ ਉਹਨਾਂ ਨੂੰ ਮਿਲਣਾ ਚਾਹੀਦਾ ਬੇਟੇ ਦੀ ਖਾਤਰ ਉਹ ਲੜ ਰਹੇ ਨੇ ਉਹਨਾਂ ਨੂੰ ਇਨਸਾਫ ਦਿਓ ਸਾਡੀ ਤਾਂ ਇਹੀ ਰਿਸਪੈਕਟ ਬੇਨਤੀ ਆ ਸਾਰਿਆਂ ਜਣਿਆਂ ਨੂੰ ਪਲੀਜ਼ ਉਹਨਾਂ ਨੂੰ ਇਨਸਾਫ ਦੇਵੋ ਕੈਨੇਡਾ ਤੋਂ ਆਏ ਹੋ ਕਿੰਨਾ ਕੁ ਯਾਦ ਕਰਦਾ ਲੋਕ ਸਿੱਧੂ ਨੂੰ ਹਾਂ ਬਹੁਤ ਜਾਣੇ ਹਰ ਇੱਕ ਗੱਡੀ 'ਚ ਸਿੱਧੂ ਮੂਸੇਵਾਲਾ ਵੱਜਦਾ ਹਰ ਇੱਕ ਗੱਡੀ ਦੇ ਵਿੱਚ ਮੇਰਾ ਬੇਟਾ ਗਿਆ ਇਹ 24 ਆਵਰ ਸਿੱਧੂ ਮੂਸੇਵਾਲਾ ਇਹਦੇ ਕੋਲੇ ਚੱਲਦਾ ਉਹਦਾ ਹਰ ਇੱਕ ਗਾਣਾ ਨਾਲ ਨਾਲ ਬੋਲਦਾ ਛੋਟੀ ਕਿ 6 ਸਾਲ ਦੀ ਬੱਚੀ ਉਹ ਵੀ ਨਾਲ ਨਾਲ ਗਾਣੇ ਬੋਲਦੀ ਆ ਸਾਰਾ ਕੁਝ ਬੋਲਦੀ ਆ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਗਾਉਂਦੇ ਨੇ ਜੇ ਅਸੀਂ ਆਉਂਦੇ ਵੀ ਆ ਜਾਂਦੇ ਵੀ ਆ ਇੱਥੇ ਵੀ ਸਾਨੂੰ ਕਹਿਣਗੇ ਉਹਦਾ SYL ਗਾਣਾ ਇੱਥੇ ਆਪਾਂ ਪੰਜਾਬ 'ਚ ਸੁਣ ਨਹੀਂ ਸਕਦੇ ਮੇਰੀ ਬੇਟੀ ਕਹਿੰਦੀ ਆ ਵੀ ਮੈਂ ਕਿਉਂ ਨਹੀਂ ਸੁਣ ਸਕਦੀ ਉਹ 6 ਸਾਲ ਦੀ ਹੈ ਰਾਈਟ ਇੱਥੇ ਆ ਕੇ ਆਪਾਂ ਸੁਣ ਨਹੀਂ ਸਕਦੇ ਉੱਥੇ ਸੁਣ ਸਕਦੇ ਆ ਸੋ ਉਹ ਬਹੁਤ ਕਹਿੰਦੀ ਮੈਂ ਕਿਉਂ ਨਹੀਂ ਸੁਣ ਸਕਦੀ ਉਹਦਾ ਫੇਵਰੇਟ ਗਾਣਾ ਹੈਗਾ ਕਹਿੰਦੀ ਮੈਂ ਇੱਥੇ ਸੁਣਨਾ ਗਾ ਉਹ ਗਾਣਾ